ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਰਾਜਨੀਤੀ ਦੇ ਵਿੱਚ ਭਾਵੇਂ ਉਹ ਕੇਂਦਰ ਦੀ ਹੋਵੇ ਭਾਵੇਂ ਸੂਬਾਈ ਰਾਜਨੀਤੀ ਹੋਵੇ, ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੈ। ਬੰਦਾ ਇੱਕ ਦੂਜੇ ਨੂੰ ਠਿੱਬੀ ਲਾਉਣ ਦੇ ਲਈ ਤਿਆਰ ਬਰ ਤਿਆਰ ਹੁੰਦਾ ਹੈ। ਰਾਜਨੀਤੀ ਦੇ ਵਿੱਚ ਵਾਲ ਦੀ ਖੱਲ ਵੀ ਲਾਈ ਜਾਂਦੀ ਹੈ ਅਤੇ ਰਾਜਨੀਤੀ ਦੇ ਵਿੱਚ ਕਈ ਵਾਰ ਬਹੁਤ ਵੱਡੇ ਵੱਡੇ ਮੁੱਦੇ ਜਿਹੜੇ ਉਹ ਵੀ ਅੱਖੋਂ ਪਰੋਖੇ ਕਰ ਦਿੱਤੇ ਜਾਂਦੇ ਆ। ਯਾਨੀ ਕਿ ਮੌਕੇ ਦੇ ਉੱਤੇ ਜਿਹੜੀ ਗੱਲ ਆ ਗਈ, ਸਮਝ ਲਓ ਉਹਦੇ ਨਾਲ ਕਿਸੇ ਵੀ ਵਿਅਕਤੀ ਦਾ ਰਾਜਨੀਤਿਕ ਕੈਰੀਅਰ ਭਵਿੱਖ ਆ ਜਿਹੜਾ ਉਹ ਦਾਗਦਾਰ ਹੋ ਸਕਦਾ, ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜ੍ਹਾ ਹੋ ਸਕਦਾ। ਸਿਆਣੇ ਇਹ ਗੱਲ ਕਹਿੰਦੇ ਹੁੰਦੇ ਆ ਵੀ ਕਈ ਵਾਰ ਹਾਥੀ ਲੰਘ ਜਾਂਦਾ ਪਰ ਪੂਛ ਅੜ ਜਾਂਦੀ ਹੈ, ਅਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਮੇਂ ਸਮੇਂ 'ਤੇ ਪੂਛਾਂ ਦੇ ਅੜਨ ਦੀ ਖਬਰ ਬਹੁਤ ਵਾਰ ਆਈ ਹੈ। ਉਸ ਤੋਂ ਬਾਅਦ ਰਾਜਨੀਤੀ ਛਿੜਦੀ ਹੈ, ਖਾਸ ਕਰਕੇ ਇਹ ਮਸਲੇ ਉਸ ਵਕਤ ਵੱਧ ਉੱਠਦੇ ਹੁੰਦੇ ਆ ਜਦੋਂ ਵਿਧਾਨ ਸਭਾ ਦਾ ਸੈਸ਼ਨ ਸਿਰ ਦੇ ਉੱਤੇ ਹੋਵੇ। ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਕਿਉਂਕਿ ਸੱਤਾਧਾਰੀ ਧਿਰ ਨੂੰ ਵਿਰੋਧੀਆਂ ਨੇ ਘੇਰਨਾ ਹੁੰਦਾ ਹੈ ਜਾਂ ਵਿਰੋਧੀਆਂ ਨੂੰ ਸੱਤਾਧਾਰੀ ਧਿਰ ਦੇ ਆਗੂਆਂ ਨੇ ਘੇਰਨਾ ਹੁੰਦਾ ਹੈ, ਇਸ ਕਰਕੇ ਚਰਚਾ ਉਸ ਤੋਂ ਪਹਿਲਾਂ ਹੀ ਛਿੜ ਪੈਂਦੀ ਹੈ ਕਿਸੇ ਨਾ ਕਿਸੇ ਇੱਕ ਮੁੱਦੇ ਦੇ ਮਾਮਲੇ 'ਤੇ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਰੇਤੇ ਦਾ ਕੀ ਹਾਲ ਹੈ। ਰੇਤਾ ਅੱਜ ਵੀ ਬੜਾ ਮਹਿੰਗਾ ਹੈ। ਅਸੀਂ ਸਾਰੇ ਇਹ ਤਾਂ ਗੱਲ ਕਹਿੰਦੇ ਹਾਂ ਕਿ ਭਾਈ ਨਜਾਇਜ਼ ਮਾਈਨਿੰਗ ਬੰਦ ਹੋਣੀ ਚਾਹੀਦੀ ਹੈ, ਮੈਂ ਵੀ ਕਹਿੰਦਾ ਕਿ ਇਹ ਬੰਦ ਹੋਣੀ ਚਾਹੀਦੀ ਹੈ, ਪਰ ਕਦੇ ਇਸ ਗੱਲ ਵੱਲ ਖਿਆਲ ਨਹੀਂ ਕਰਦੇ ਅਸੀਂ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਆਈ ਆ ਕੀ ਉਦੋਂ ਤੋਂ ਰੇਤਾ ਸਸਤਾ ਹੋ ਗਿਆ ਜਾਂ ਪਿਛਲੀ ਸਰਕਾਰ ਦੇ ਮੌਕੇ ਜਿੰਨਾ ਮਹਿੰਗਾ ਸੀ ਉਹੀ ਰੇਟ ਹੈ। ਤੁਸੀਂ ਜਾ ਕੇ ਦੇਖਿਓ ਬਾਜ਼ਾਰ ਦੇ ਵਿੱਚ ਟਰਾਲੀਆਂ ਦੇਖਿਓ ਜਿਹੜੀਆਂ ਰੇਤੇ ਦੀਆਂ ਭਰੀਆਂ ਹੋਈਆਂ, ਤੁਹਾਨੂੰ ਰੇਤਾ ਕਿਹੋ ਜਿਹਾ ਮਿਲਦਾ ਅਤੇ ਰੇਤੇ ਦੀ ਕੀਮਤ ਕੀ ਹੈ। ਯਾਨੀ ਕਿ ਰੇਤਾ ਅੱਜ ਵੀ ਲੋਕਾਂ ਦੀ ਪਹੁੰਚ ਦੇ ਵਿੱਚੋਂ ਬਾਹਰ ਹੈ, ਮਹਿੰਗਾ ਬਹੁਤ ਹੋ ਚੁੱਕਿਆ, ਅਸੀਂ ਇਸ ਮੁੱਲ ਦੇ ਵੱਲ ਖਿਆਲ ਘੱਟ ਕਰ ਰਹੇ ਹਾਂ। ਸਾਨੂੰ ਇਸ ਗੱਲ ਦਾ ਪਤਾ ਕਿ ਰਾਣਾ ਗੁਰਜੀਤ ਸਿੰਘ ਦੇ ਉੱਤੇ ਦੋਸ਼ ਲੱਗੇ, ਉਹਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ। ਸਾਨੂੰ ਇਸ ਗੱਲ ਦਾ ਵੀ ਪਤਾ ਕਿ ਕਾਂਗਰਸ ਦੇ ਕਈ ਆਗੂਆਂ ਦੇ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਨਜਾਇਜ਼ ਮਾਈਨਿੰਗ ਦੇ ਵਿੱਚ ਹੱਥ ਰੰਗੇ ਹੋਏ ਆ। ਸਾਨੂੰ ਇਸ ਗੱਲ ਦਾ ਵੀ ਪਤਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਨੀਲੀਆਂ ਪੱਗਾਂ ਵਾਲੇ ਕਈ ਆਗੂ ਵੀ ਇਸੇ ਕਾਰੋਬਾਰ ਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ ਨਾਂ ਵੀ ਕਮਾਇਆ ਅਤੇ ਨਾਵਾਂ ਵੀ ਕਮਾਇਆ, ਉਹਨਾਂ ਨੇ ਕਈ ਤਰੀਕਿਆਂ ਨਾਲ ਕਈ ਕਾਰੋਬਾਰ ਚਲਾਏ, ਹੁਣ ਵੀ ਚੱਲਦੇ ਆ। ਕਈ ਲੋਕ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਕਾਂਗਰਸ ਦੀ ਭਾਵੇਂ ਸਰਕਾਰ ਆ ਗਈ ਹੈ ਪਰ ਚੱਲਦੀ ਹਾਲੇ ਵੀ ਅਕਾਲੀ ਦਲ ਦੀ ਹੈ, ਅਤੇ ਇਹਦੇ ਬਾਬਤ ਆਪਾਂ ਪਿਛਲੇ ਦਿਨੀ ਖਬਰਾਂ ਵੀ ਸਾਂਝੀਆਂ ਕੀਤੀਆਂ ਕਿ ਭਾਵੇਂ ਕਾਂਗਰਸ ਦੀ ਸਰਕਾਰ ਹੈ, ਟਰਾਂਸਪੋਰਟ ਨੀਤੀ ਲਿਆਉਣ ਦੀ ਗੱਲ ਕਹੀ ਜਾ ਰਹੀ ਹੈ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਕਈ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਲੰਬੀ ਵੱਲ ਮੁਕਤਸਰ ਸਾਹਿਬ ਦੇ ਵੱਲ ਅੱਜ ਵੀ ਜੇਕਰ ਕੋਈ ਮਦਦ ਚਾਹੁੰਦਾ, ਕਿਸੇ ਨੂੰ ਲੋੜ ਹੁੰਦੀ ਹੈ ਤਾਂ ਬਾਦਲਾਂ ਦੇ ਕਹਿਣ ਦੇ ਉੱਤੇ ਥਾਣੇ ਦੇ ਵਿੱਚ ਫੋਨ ਜਾਂਦਾ ਅਤੇ ਫਿਰ ਕੰਮਕਾਜ ਹੁੰਦੇ ਆ। ਯਾਨੀ ਕਿ ਲੋਕਾਂ ਦੇ ਜਿਹੜੇ ਤੌਖਲੇ ਆ, ਲੋਕਾਂ ਦੇ ਮਨਾਂ ਵਿੱਚ ਜਿਹੜੇ ਸਵਾਲ ਹੈ ਕਿ ਮਿਲ ਮਿਲਾ ਕੇ ਬੜਾ ਕੁਝ ਚੱਲ ਰਿਹਾ, ਕਈ ਵਾਰ ਉਹ ਇਹ ਜਾਪਦਾ ਵੀ ਸ਼ਾਇਦ ਸੱਚ ਵੀ ਹੋਣ। ਪਰ ਜਿਹੜੀ ਅੱਜ ਦੀ ਮੁੱਖ ਖਬਰ ਆ ਉਹ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਕਦੇ ਹਾਥੀ ਦੇ ਉੱਤੇ ਬੈਠਦੇ ਆ, ਕਦੇ ਪਾਰਕਿੰਗ ਨੂੰ ਤੜਵਾਉਣ ਦੇ ਮਾਮਲੇ ਕਰਕੇ ਚਰਚਾ 'ਚ ਆਉਂਦੇ ਆ, ਕਦੇ ਉਹ ਆਪਣੇ ਦਫ਼ਤਰ ਦੀ ਤਖ਼ਤੀ ਦਾ ਰੰਗ ਬਦਲਵਾ ਦਿੰਦੇ ਆ, ਕਹਿੰਦੇ ਆ ਕਿ ਉਹ ਜੋਤਿਸ਼ੀਆਂ ਨੂੰ ਬੜਾ ਮੰਨਦੇ ਆ, ਉਹਨਾਂ ਦੀਆਂ ਖਬਰਾਂ ਵੀ ਸਮੇਂ ਸਮੇਂ 'ਤੇ ਇਸ ਮੁਤਲਕ ਕਈ ਕਿਸਮ ਦੀਆਂ ਆਈਆਂ। ਪਰ ਸੁਖਪਾਲ ਸਿੰਘ ਖਹਿਰਾ ਕਹਿੰਦੇ ਵੀ ਮੈਂ ਚਰਨਜੀਤ ਚੰਨੀ ਦੀ ਬਲੀ ਲੈ ਲੈਣੀ ਆ। ਉਹਨਾਂ ਨੇ ਇਹ ਗੱਲ ਕਹੀ ਹੈ ਇੱਕ ਨਿੱਜੀ ਟੀ ਵੀ ਚੈਨਲ ਦੇ ਨਾਲ ਗੱਲਬਾਤ ਕਰਦਿਆਂ, ਕਹਿ ਦਿੱਤਾ ਕਿ ਜਿਸ ਤਰੀਕੇ ਨਾਲ ਰਾਣਾ ਗੁਰਜੀਤ ਸਿੰਘ ਰੇਤੇ ਦੇ ਮਾਮਲੇ ਦੇ ਵਿੱਚ ਫਸੇ, ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ, ਉਸੇ ਤਰੀਕੇ ਨਾਲ ਖਹਿਰੇ ਨੇ ਕਿਹਾ ਕਿ ਮੇਰੇ ਕੋਲ ਚਰਨਜੀਤ ਸਿੰਘ ਚੰਨੀ ਦੇ ਲਈ ਵੀ ਬਹੁਤ ਸਾਰੇ ਇਹੋ ਜਿਹੇ ਸਬੂਤ ਆ ਜਿਹੜੇ ਮੈਂ ਇਕੱਤਰ ਕੀਤੇ ਹੋਏ ਆ। ਮਲਕਪੁਰ ਦੀ ਖੱਡ ਦਾ ਮਾਮਲਾ ਉਹਨਾਂ ਨੇ ਉਛਾਲਿਆ, ਉਹਨਾਂ ਨੇ ਇਹ ਗੱਲ ਕਹੀ ਆ ਕਿ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਦਾ ਇਹਨਾਂ ਖੱਡਾਂ ਦੇ ਵਿੱਚ ਹਿੱਸਾਪੱਤੀ ਚੱਲਦੀ ਆ। ਸੋ ਇਸ ਕਰਕੇ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਗਰਮ ਤਿੱਖਾ ਕਰਕੇ ਦਿਖਾਵਾਂਗੇ। ਜੇਕਰ ਇਹ ਮਾਮਲਾ ਤਿੱਖਾ ਹੋ ਜਾਂਦਾ ਤਾਂ ਫਿਰ ਚਰਚਾ ਹੋਣੀ ਕੁਦਰਤੀ ਆ ਬਜਟ ਦੇ ਵਿੱਚ, ਕਿਉਂਕਿ 20 ਮਾਰਚ ਤੋਂ ਲੈ ਕੇ 28 ਮਾਰਚ ਤੱਕ ਪੰਜਾਬ ਦਾ ਬਜਟ ਸੈਸ਼ਨ ਚੱਲਣਾ, ਇਹਦੇ ਵਿੱਚ 24 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਣਾ। ਅਤੇ ਵੈਸੇ ਤਾਂ ਸਾਡੇ ਜਿੰਨੇ ਵੀ ਬਜਟ ਹੁੰਦੇ ਆ ਉਹ ਭੰਗ ਦੇ ਪਾਣੀ ਚਲੇ ਜਾਂਦੇ ਆ, ਕਿਉਂਕਿ ਉਹਦੇ ਵਿੱਚ ਸਵਾਏ ਰੌਲੇ ਰੱਪੇ ਦੇ ਕੁਝ ਹੁੰਦਾ ਨਹੀਂ। ਪਰ ਜੇਕਰ ਚਰਨਜੀਤ ਸਿੰਘ ਚੰਨੀ ਵਾਲਾ ਮਾਮਲਾ ਵੀ ਉਛਲ ਪਿਆ, ਇਹਦੇ ਨਾਲ ਦੋਹਰਾ ਨੁਕਸਾਨ ਹੋਣਾ, ਇੱਕ ਚਰਨਜੀਤ ਸਿੰਘ ਚੰਨੀ ਦਾ ਵੀ ਅਤੇ ਇੱਕ ਸੈਸ਼ਨ ਦਾ ਵੀ, ਕਿਉਂਕਿ ਜੋ ਸੈਸ਼ਨ ਦਾ ਸਮਾਂ ਹੁੰਦਾ ਉਹ ਬਹੁਤ ਸੀਮਿਤ ਹੈ। ਹਾਲਾਂਕਿ ਅਕਾਲੀ ਆਗੂ ਹੁਣ ਕਹਿੰਦੇ ਆ ਕਿ ਸੈਸ਼ਨ ਬਹੁਤ ਮਧਰਾ ਰੱਖਿਆ, ਇਹਦੇ ਵਿੱਚ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਨਹੀਂ ਹੋ ਸਕਦੀ ਸੀ। ਪਰ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਕਾਂਗਰਸ ਹੀ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਸੈਸ਼ਨ ਬਹੁਤ ਛੋਟਾ ਰੱਖਿਆ, ਪੰਜਾਬ ਦੇ ਬੜੇ ਮਸਲੇ ਵੱਡੇ ਆ, ਪਰ ਉਦੋਂ ਅਕਾਲੀਆਂ ਨਹੀਂ ਸੀ ਕਦੇ ਸੁਣੀ। ਪਰ ਜਿਹੜੀ ਗੱਲ ਸੁਖਪਾਲ ਸਿੰਘ ਖਹਿਰਾ ਨੇ ਕਹੀ ਆ ਇਹਦੇ ਉੱਤੇ ਗੌਰ ਫਰਮਾਈ ਜ਼ਰੂਰ ਕਰਨੀ ਬਣਦੀ ਹੈ, ਅਤੇ ਵੇਰਵਾ ਇਸ ਗੱਲਬਾਤ ਦਾ ਇਸ ਤਰੀਕੇ ਨਾਲ ਕਿ ਖਹਿਰਾ ਨੇ ਨਵਾਂਸ਼ਹਿਰ ਦੀ ਮਲਕਪੁਰ ਖੱਡ ਵਿੱਚ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦਾ ਨਿਵੇਸ਼ ਹੋਣ ਦਾ ਦਾਅਵਾ ਕੀਤਾ। ਸੁਖਪਾਲ ਖਹਿਰਾ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਕੋਲ ਮਲਕਪੁਰ ਖੱਡ ਨਾਲ ਜੁੜੇ ਪੁਖਤਾ ਦਸਤਾਵੇਜ਼ ਮੌਜੂਦ ਨੇ। ਕੈਪਟਨ ਅਮਰਿੰਦਰ ਸਿੰਘ ਨੇ 6 ਮਾਰਚ ਨੂੰ ਚੰਡੀਗੜ੍ਹ ਤੋਂ ਕਪੂਰਥਲਾ ਹਵਾਈ ਸਫ਼ਰ ਦੌਰਾਨ ਹੈਲੀਕਾਪਟਰ ਰਾਹੀਂ ਅਸਮਾਨ ਤੋਂ ਨਜਾਇਜ਼ ਜਿਹੜੀਆਂ ਖੱਡਾਂ ਵਿੱਚ ਮਾਈਨਿੰਗ ਹੁੰਦੀ ਦੇਖੀ ਸੀ। ਮਲਕਪੁਰ ਦੀ ਖੱਡ ਵੀ ਉਹਨਾਂ ਖੱਡਾਂ ਦੇ ਵਿੱਚੋਂ ਇੱਕ ਹੈ। ਸੁਖਪਾਲ ਸਿੰਘ ਖਹਿਰਾ ਲੰਮੇ ਸਮੇਂ ਤੋਂ ਰਾਣਾ ਗੁਰਜੀਤ ਸਿੰਘ ਉੱਤੇ ਰੇਤ ਦੀਆਂ ਖੱਡਾਂ ਦੀ ਨਿਲਾਮੀ ਵਿੱਚ
ਮਹੀਨੇ ਆਪਣੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ। ਹੁਣ ਖਹਿਰਾ ਨੇ ਕੈਪਟਨ ਦੇ ਦੂਜੇ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗੈਰ ਕਾਨੂੰਨੀ ਮਾਈਨਿੰਗ ਵਿੱਚ ਸ਼ਮੂਲੀਅਤ ਨੂੰ ਬੇਪਰਦ ਕਰਨ ਦਾ ਐਲਾਨ ਕੀਤਾ। ਖਹਿਰਾ ਨੇ ਕੁਝ ਤਸਵੀਰਾਂ ਜਾਰੀ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਦੀ ਮਲਕਪੁਰ ਖੱਡ ਦੇ ਠੇਕੇਦਾਰ ਕੁਦਰਤਦੀਪ ਸਿੰਘ ਦੀ ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਨੀ ਨਾਲ ਕਾਰੋਬਾਰੀ ਸਾਂਝ ਹੈ। ਉਹਨਾਂ ਨੇ ਕਿਹਾ ਕਿ ਠੇਕੇਦਾਰ ਕੁਦਰਤਦੀਪ ਸਿੰਘ ਪੰਜਾਬ ਰਿਐਲਟਰਜ਼ ਨਾਂ ਦੀ ਕੰਪਨੀ ਦਾ ਮਾਲਕ ਹੈ। ਉਸ ਦੇ ਵਿੱਤੀ ਵਸੀਲੇ ਮਲਕਪੁਰ ਖੱਡ ਦੀ ਨਿਲਾਮੀ ਵਿੱਚ ਹਿੱਸਾ ਲੈਣ ਦੀ ਆਗਿਆ ਨਹੀਂ ਦਿੰਦੇ। ਆਮ ਆਦਮੀ ਪਾਰਟੀ ਦੇ ਆਗੂ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦੀ ਜਾਂਚ ਕਰਵਾਉਣ ਕਿ ਕਿਧਰੇ ਹਨੀ ਰਾਹੀਂ ਚਰਨਜੀਤ ਚੰਨੀ ਦਾ ਪੈਸਾ ਮਲਕਪੁਰ ਖੱਡ ਵਿੱਚ ਨਿਵੇਸ਼ ਤਾਂ ਨਹੀਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੇਸ਼ੱਕ ਕੈਪਟਨ ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ ਵਾਲੇ ਜਸਟਿਸ ਨਾਰੰਗ ਕਮਿਸ਼ਨ ਤੋਂ ਜਾਂ ਵਿਜੀਲੈਂਸ ਤੋਂ ਇਸ ਦੀ ਜਾਂਚ ਕਰਵਾ ਕੇ ਦੇਖ ਲੈਣ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਇਹ ਕਹਾਂਗੇ ਕਿ ਰਾਣਾ ਗੁਰਜੀਤ ਸਿੰਘ ਦਾ ਮਾਮਲਾ ਇੱਕਦਮ ਉਛਲਿਆ ਸੀ ਅਤੇ ਹੁਣ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਨੂੰ ਉਛਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਕਿ ਚਰਨਜੀਤ ਸਿੰਘ ਚੰਨੀ ਦੇ ਨਾਲ ਕਿਹੜੇ ਕਿਹੜੇ ਲੋਕ ਠੇਕੇ ਦੇ ਮਾਮਲੇ ਵਿੱਚ ਜਿਹੜੇ ਕਿ ਕੁਦਰਤੀ ਵਸੀਲਿਆਂ ਦੇ ਠੇਕੇਦਾਰ ਬਣੇ ਬੈਠੇ ਆ, ਜਿਨ੍ਹਾਂ ਨੇ ਕਿ ਰੇਤ ਦੀਆਂ ਖੱਡਾਂ ਦੇ ਉੱਤੇ ਕਬਜ਼ੇ ਕੀਤੇ ਹੋਏ ਆ, ਮਾਈਨਿੰਗ ਕਰ ਰਹੇ ਨਜਾਇਜ਼ ਤੌਰ ਦੇ ਉੱਤੇ, ਇਹਦੇ ਨਾਲ ਕੁਦਰਤੀ ਵਸੀਲਿਆਂ ਨੂੰ ਕਿੰਨੀ ਵੱਡੀ ਸੱਟ ਵੱਜਦੀ ਹੈ। ਇਹ ਆਉਂਦੇ ਦਿਨਾਂ ਦੇ ਵਿੱਚ ਜਿਹੜੀਆਂ ਫੋਟੋਆਂ ਨੇ, ਇਹਨਾਂ ਦੇ ਆਧਾਰ ਦੇ ਉੱਤੇ ਕੋਈ ਕਾਰਵਾਈ ਬਣਦੀ ਵੀ ਹੈ ਜਾਂ ਨਹੀਂ ਬਣਦੀ, ਇਹਦੇ ਬਾਬਤ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਇੱਕ ਗੱਲ ਜ਼ਰੂਰ ਕਹਿਣੀ ਬਣਦੀ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਤੋਂ ਮੰਤਰੀ ਬਣੇ ਆ, ਉਹ ਕਈ ਕਿਸਮ ਦੇ ਵਿਵਾਦਾਂ ਦੇ ਵਿੱਚ ਸਮੇਂ ਦਰ ਸਮੇਂ ਘਿਰਦੇ ਰਹੇ ਆ। ਕਿਉਂਕਿ ਕਦੇ ਤਾਂ ਜਿਵੇਂ ਅਸੀਂ ਮੁੱਢ ਦੇ ਵਿੱਚ ਗੱਲ ਕਹੀ ਹੈ, ਉਹ ਕਿਉਂਕਿ ਜੋਤਿਸ਼ੀਆਂ ਦੇ ਉੱਤੇ ਕਹਿੰਦੇ ਆ ਕਿ ਕਾਫੀ ਯਕੀਨ ਰੱਖਦੇ ਆ, ਇਸ ਕਰਕੇ ਹਾਥੀ ਦੇ ਉੱਤੇ ਬੈਠ ਕੇ ਸਵਾਰੀ ਕਰਦੇ ਆ, ਫਿਰ ਉਹਨਾਂ ਨੂੰ ਜੋਤਿਸ਼ੀ ਕਹਿ ਦਿੰਦਾ ਤਾਂ ਉਹ ਆਪਣੇ ਘਰ ਵਾਲੀ ਪਾਰਕਿੰਗ ਤੁੜਵਾ ਦਿੰਦੇ ਆ, ਫਿਰ ਜੋਤਿਸ਼ੀ ਕਹਿੰਦਾ ਤਾਂ ਉਹ ਆਪਣੇ ਦਫ਼ਤਰ ਦੀ ਜਿਹੜੀ ਤਖਤੀ ਹੁੰਦੀ ਹੈ ਨਾਂ ਵਾਲੀ, ਉਹਨੂੰ ਤਬਦੀਲ ਕਰਵਾ ਦਿੰਦੇ ਆ। ਇਸ ਕਰਕੇ ਉਹਨਾਂ ਦੇ ਬਾਬਤ ਸਮੇਂ ਸਮੇਂ 'ਤੇ ਖਬਰਾਂ ਕਈ ਕਿਸਮ ਦੀਆਂ ਛਪੀਆਂ, ਪ੍ਰਕਾਸ਼ਿਤ ਅਤੇ ਪ੍ਰਸਾਰਿਤ ਹੋਈਆਂ। ਪਰ ਜੇਕਰ ਹੁਣ ਇਹ ਖਬਰ ਉਛਲ ਗਈ ਕਿ ਉਹਨਾਂ ਦਾ ਨਾਂ ਜਿਹੜਾ ਰੇਤੇ ਦੇ ਮਾਮਲੇ ਵਿੱਚ ਉਛਲ ਰਿਹਾ, ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਜੁੜਿਆ ਹੋਇਆ, ਤਾਂ ਇਸ ਗੱਲ ਦੀ ਪੱਕੀ ਗਰੰਟੀ ਹੈ ਕਿ ਚੰਨੀ ਹੋਰੀ ਤਾਂ ਇਹ ਚਾਹੁੰਦੇ ਆ ਕਿ ਮੇਰੇ ਮੰਤਰੀ ਅਹੁਦੇ ਦੇ ਵਿੱਚ ਵਾਧਾ ਕੀਤਾ ਜਾਵੇ, ਮੈਨੂੰ ਉੱਚਾ ਕੀਤਾ ਜਾਵੇ ਇਸ ਤੋਂ ਵੀ ਵੱਧ। ਕਿਉਂਕਿ ਪਿਛਲੇ ਕੁਝ ਕੁ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਕਿ ਜਦੋਂ ਵੀ ਮਾਮਲਾ ਇਹ ਸਾਹਮਣੇ ਆਉਂਦਾ ਕਿ ਹੁਣ ਪੰਜਾਬ ਕੈਬਨਿਟ ਦੇ ਵਿੱਚ ਵਿਸਥਾਰ ਹੋਣਾ, ਤਾਂ ਇਹ ਵੀ ਖਬਰ ਜ਼ਰੂਰ ਆਉਂਦੀ ਹੈ ਕਿ ਕੁਝ ਕੁ ਦੀ ਛੁੱਟੀ ਹੋ ਸਕਦੀ ਹੈ, ਕੁਝ ਕੁ ਨਵੇਂ ਚਿਹਰੇ ਸ਼ਾਮਿਲ ਹੋ ਸਕਦੇ ਆ। ਹਾਲਾਂਕਿ ਬਜਟ ਤੋਂ ਬਾਅਦ ਦੀ ਹੁਣ ਇਹ ਗੱਲ ਹੈ, ਕਿਉਂਕਿ ਵਿਸਥਾਰ ਕੈਬਨਿਟ ਦਾ ਬਜਟ ਤੋਂ ਬਾਅਦ ਹੋਣਾ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਇਹੋ ਜਿਹੀਆਂ ਖਬਰਾਂ ਆਈਆਂ ਸੀ, ਪਰ ਗੱਲ ਇੱਥੇ ਮੁੱਕਦੀ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਵਾਲਾ ਮਾਮਲਾ ਚੁੱਕ ਲਿਆ, ਜੇਕਰ ਫੋਟੋਆਂ ਦੇ ਆਧਾਰ ਦੇ ਉੱਤੇ ਇਸ ਮੁੱਦੇ ਨੂੰ ਭਖਦਿਆਂ ਦੇਰ ਨਾ ਲੱਗੀ, ਤਾਂ ਚੰਨੀ ਹੋਰੀ ਤਾਂ ਇਹ ਚਾਹੁੰਦੇ ਆ ਕਿ ਮੈਨੂੰ ਇਸ ਤੋਂ ਵੀ ਉਤਲਾ ਰੁਤਬਾ ਮਿਲੇ, ਮੈਨੂੰ ਹੋਰ ਵੀ ਸੀਨੀਅਰ ਮੰਤਰੀ ਬਣਾਇਆ ਜਾਵੇ, ਕਿਤੇ ਇਹ ਨਾ ਹੋਵੇ ਜਿਹੜਾ ਇਹਨਾਂ ਕੋਲ ਇਸ ਵਕਤ ਵਿਭਾਗ ਆ ਉਹ ਵੀ ਜ਼ਿਆਦਾ ਲੱਗੇ। ਇਸ ਕਰਕੇ ਚਰਨਜੀਤ ਚੰਨੀ ਹੋਰਾਂ ਨੂੰ ਇਸ ਮਾਮਲੇ ਦੇ ਉੱਤੇ ਜਵਾਬਦੇਹ ਹੋਣਾ ਚਾਹੀਦਾ, ਉਹਨਾਂ ਨੂੰ ਜਵਾਬ ਦੇ ਕੇ ਸਭ ਦੀ ਸੰਤੁਸ਼ਟੀ ਵੀ ਕਰਾਉਣੀ ਚਾਹੀਦੀ ਹੈ। ਜੇਕਰ ਅਸੀਂ ਘੇਸਲ ਮਾਰ ਕੇ ਬੈਠੇ ਰਹਾਂਗੇ ਵੀ ਜਾ ਜੋ ਕਰਨਾ ਕਰ ਲਓ, ਤਾਂ ਉਹੀ ਕੁਝ ਹੋ ਸਕਦਾ ਜਿਹੜਾ ਰਾਣਾ ਗੁਰਜੀਤ ਸਿੰਘ ਨਾਲ ਹੋਇਆ, ਕਿਉਂਕਿ ਉਹਨਾਂ ਨੇ ਤਰਕ ਦੇ ਨਾਲ ਕੋਈ ਜਵਾਬ ਨਹੀਂ ਸੀ ਦਿੱਤਾ ਕਿ ਮੇਰਾ ਇਸ ਮਾਮਲੇ ਦੇ ਵਿੱਚ ਕੋਈ ਰੌਲਾ ਨਹੀਂ। ਇਸ ਕਰਕੇ ਜਿਹੜਾ ਖਹਿਰੇ ਹੋਰਾਂ ਨੇ ਮੁੱਦਾ ਚੁੱਕਿਆ, ਇਹਨੂੰ ਕਾਂਗਰਸ ਨੂੰ ਵੀ, ਇਹਨੂੰ ਬਾਕੀ ਪਾਰਟੀਆਂ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ। ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਇਆ ਨਹੀਂ ਕਿ ਕੁਦਰਤ ਦੇ ਵਸੀਲੇ ਆ ਜਿਹੜੇ ਉਹ ਕਿਵੇਂ ਵੱਖ ਵੱਖ ਰਾਜਨੀਤਿਕ ਆਗੂਆਂ ਨੇ ਆਪਣੇ ਢਿੱਡਾਂ ਦੇ ਵਿੱਚ ਪਾ ਲਏ ਆ। ਸਾਡੀਆਂ ਨਦੀਆਂ, ਸਾਡੇ ਨਾਲੇ, ਸਾਡੇ ਦਰਿਆ, ਸਾਡੇ ਪਾਣੀ ਦੇ ਸੋਮੇ, ਸਾਰਾ ਕੁਝ ਕਈ ਲੋਕਾਂ ਦੇ ਘਰਾਂ ਦੇ ਵਿੱਚ ਚਲਾ ਗਿਆ। ਸਾਡੇ ਪੱਲੇ ਕੀ ਆ, ਕਦੇ ਕਦੇ ਮੈਂ ਇਸ ਗੱਲ ਦੇ ਉੱਤੇ ਪੜਚੋਲ ਕਰਕੇ ਦੇਖਦਾ ਵੀ ਰੇਤਾ ਸਾਡਾ ਖਾ ਲਿਆ ਗਿਆ, ਬਜਰੀ ਸਾਡੀ ਖਾ ਲਈ ਗਈ, ਪਾਣੀ ਸਾਡਾ ਨਹੀਂ ਬਖਸ਼ਿਆ ਗਿਆ, ਦੁੱਧ ਦੀਆਂ ਨਦੀਆਂ ਵਾਲਾ ਪੰਜਾਬ ਸਾਡਾ ਜਾਂਦਾ ਲੱਗਿਆ। ਇਸ ਵਕਤ ਪੰਜਾਬ ਦੇ ਵਿੱਚ ਕਿਹੜੀਆਂ ਕਿਹੜੀਆਂ ਉਹ ਗੱਲਾਂ ਨੇ ਜਿਹਦੀਆਂ ਅਸੀਂ ਸਿਫਤਾਂ ਕਰਦੇ ਹਾਂ। ਹਾਲਾਂਕਿ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ, ਇਹ ਵੀ ਗੱਲ ਚੇਤੇ ਆਉਂਦੀ ਹੈ। ਪਰ ਜੇ ਤਰਕ ਦੇ ਨਾਲ ਗੱਲ ਕਰਨੀ ਹੋਵੇ ਤਾਂ ਇਹ ਜ਼ਰੂਰ ਕਹਿਣਾ ਬਣਦਾ ਕਿ ਸਾਡੇ ਰਾਜਨੀਤਿਕ ਆਗੂਆਂ ਨੇ ਸਾਡੇ ਲਈ ਛੱਡਿਆ ਕੀ ਹੈ। ਅਸੀਂ ਪੰਜਾਬ ਦੇ ਅਤੀਤ ਦੀ ਅਮੀਰੀ ਦੀ ਬਾਤ ਜ਼ਰੂਰ ਪਾਉਂਦੇ ਹਾਂ, ਪਾਉਣੀ ਵੀ ਚਾਹੀਦੀ ਹੈ, ਕਿਉਂਕਿ ਉਦੋਂ ਪੰਜਾਬ ਸੱਚੀ ਮੁੱਚੀ ਧਰਾਤਲੀ ਪੱਧਰ ਦੇ ਉੱਤੇ ਮਜ਼ਬੂਤ ਸੀ। ਪਰ ਅੱਜ ਦੀ ਤਰੀਕ ਦੇ ਵਿੱਚ ਸਾਡੇ ਪੱਲੇ, ਨਿੱਜੀ ਤੌਰ ਦੇ ਉੱਤੇ ਪਿੜ ਪੱਲੇ ਕੀ ਹੈ, ਇਹਦੇ ਬਾਬਤ ਵੀ ਕਦੇ ਕਦੇ ਵਿਚਾਰ ਕਰਨ ਨੂੰ ਜੀ ਕਰਦਾ। ਪਰ ਗੱਲ ਉੱਥੇ ਆ ਕੇ ਮੁੱਕਦੀ ਹੈ, ਖਹਿਰੇ ਹੋਰਾਂ ਨੇ ਜਿਹੜਾ ਬ੍ਰਹਮ ਅਸਤਰ ਇਸ ਵਕਤ ਚਰਨਜੀਤ ਚੰਨੀ ਵੱਲ ਛੱਡਿਆ, ਇਹਦੇ ਦੂਰਰਸੀ ਸਿੱਟੇ ਕਿਹੋ ਜਿਹੇ ਨਿਕਲਣਗੇ, ਇਹਦੀ ਹਾਲ ਦੀ ਘੜੀ ਉਡੀਕ ਕਰਨੀ ਪਏਗੀ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਬ੍ਰੇਕ
ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕੰਮਕਾਜ ਦੇ ਤਰੀਕਿਆਂ ਕਰਕੇ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ। ਚਰਚਾ ਕਈ ਕਿਸਮ ਦੀ ਹੁੰਦੀ ਹੈ, ਇੱਕ ਨਾ ਪੱਖੀ ਇੱਕ ਹਾਂ ਪੱਖੀ। ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਕੰਮ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦੇ ਉੱਤੇ ਨਾ ਪੱਖੀ ਚਰਚਾ ਹੁੰਦੀ ਹੈ। ਹਾਲਾਂਕਿ ਉਹ ਕਹਿੰਦੇ ਆ ਕਿ ਅਸੀਂ ਤਾਂ ਹਾਂ ਪੱਖੀ ਕੰਮ ਬੜੇ ਕਰਦੇ ਹਾਂ ਅਤੇ ਵਿਰੋਧੀਆਂ ਦੇ ਵੱਲੋਂ ਐਵੇਂ ਵੱਖ-ਵੱਖ ਮਸਲਿਆਂ ਦੇ ਉੱਤੇ ਵਿਰੋਧ ਪ੍ਰਗਟਾਵਾ ਕੀਤਾ ਜਾਂਦਾ। ਭਾਈ ਗੋਬਿੰਦ ਸਿੰਘ ਲੌਂਗੋਵਾਲ ਜਦੋਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਨੇ, ਉਹਨਾਂ ਦੇ ਵੱਲੋਂ ਕਾਰਵਾਈ ਭਾਵੇਂ ਰੁਕ-ਰੁਕ ਕੇ ਅਤੇ ਭਾਵੇਂ ਤੇਜ਼ੀ ਨਾਲ, ਭਾਵੇਂ ਗੁਰੀਲਾ ਨੀਤੀ ਦੇ ਤਹਿਤ ਅਤੇ ਭਾਵੇਂ ਸਪਸ਼ਟ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਉਹਨਾਂ ਮੁਲਾਜ਼ਮਾਂ ਦੇ ਖਿਲਾਫ ਜਿਹੜੇ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਦੇ ਮੌਕੇ ਨਿਯੁਕਤ ਕੀਤੇ ਗਏ ਸੀ। 523 ਲੋਕਾਂ ਦੀ ਛਾਂਟੀ ਦਾ ਰਾਹ ਆਪਾਂ ਜਾਣਦੇ ਪਿਛਲੇ ਦਿਨੀ ਪੱਧਰਾ ਹੋ ਗਿਆ। ਹੁਣ ਇੱਕ ਹੋਰ ਸੂਚੀ ਤਿਆਰ ਕੀਤੀ ਜਾ ਰਹੀ ਹੈ ਵੀ ਕਿਹੜੇ-ਕਿਹੜੇ ਲੋਕ ਕਿਵੇਂ-ਕਿਵੇਂ ਇੱਥੇ ਨਿਯੁਕਤ ਕੀਤੇ ਗਏ। ਪੰਜਾਂ ਤਖਤਾਂ ਦੇ ਜਥੇਦਾਰਾਂ ਦੇ ਜਿਹੜੇ ਰਿਸ਼ਤੇਦਾਰ ਆ, ਨੇੜਲੇ ਸਕੇ ਸੋਧਰੇ, ਉਹ ਵੀ ਵੱਖ-ਵੱਖ ਥਾਵਾਂ ਦੇ ਉੱਤੇ ਕਾਬਜ਼ ਹੋਏ ਬੈਠੇ ਆ। ਪੰਜਾਂ ਦੇ ਵਿੱਚੋਂ ਹੋ ਸਕਦਾ ਤਿੰਨਾਂ ਦੇ ਹੋਏ ਹੋਣ, ਪਰ ਗੱਲ ਤਾਂ ਇੱਥੇ ਮੁੱਕਦੀ ਆ ਕਿ ਵੱਖ-ਵੱਖ ਤਖਤਾਂ ਦੇ ਜਥੇਦਾਰ ਸਾਹਿਬਾਨ ਆ ਜਿਹੜੇ, ਉਹਨਾਂ ਦੇ ਵੱਲੋਂ ਪਾਰਦਰਸ਼ਤਾ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਆਪਣੇ ਨੇੜਲਿਆਂ ਨੂੰ ਵੱਖ-ਵੱਖ ਅਹੁਦਿਆਂ ਦੇ ਉੱਤੇ ਤਾਇਨਾਤ ਕਰਨ ਦੇ ਲਈ ਦਬਾਅ ਕਿਹੜੀ ਗੱਲੋਂ ਬਣਾਇਆ ਜਾਂਦਾ? ਅਤੇ ਜੇਕਰ ਦਬਾਅ ਨਾ ਬਣਾਇਆ ਜਾਂਦਾ ਹੋਵੇ ਤਾਂ ਫਿਰ ਇਸ ਸੂਚੀ ਜਿਹੜੀ ਕਿ ਹੁਣ ਤਿਆਰ ਕੀਤੀ ਜਾ ਰਹੀ ਹੈ ਇਹਦੀ ਲੋੜ ਨਹੀਂ ਸੀ ਪੈਣੀ। ਹਾਲਾਂਕਿ ਪਾਰਦਰਸ਼ਤਾ ਕਿਸੇ ਵੀ ਵਿਭਾਗ ਦੇ ਵਿੱਚ ਸਾਨੂੰ ਮੁਕੰਮਲ ਤੌਰ ਦੇ ਉੱਤੇ ਨਜ਼ਰ ਨਹੀਂ ਆਉਂਦੀ। ਜਿਹੜੇ-ਜਿਹੜੇ ਬੰਦੇ ਇਸ ਵਕਤ ਵੱਖ-ਵੱਖ ਥਾਵਾਂ ਦੇ ਉੱਤੇ ਸੀਨੀਅਰ ਬਣੇ ਬੈਠੇ ਆ ਸ਼੍ਰੋਮਣੀ ਕਮੇਟੀ 'ਚ, ਇਹਨਾਂ ਦੀ ਨਿਯੁਕਤੀ ਦੀਆਂ ਵੀ ਕਈ ਵਾਰ ਕਈ ਕਿਸਮ ਦੀਆਂ ਖਬਰਾਂ ਆਉਂਦੀਆਂ। ਜਾਣਕਾਰੀ ਤਾਂ ਆਪਾਂ ਸਾਰੇ ਜਾਣਦੇ ਹਾਂ, ਇਹ ਵੀ ਮਿਲਦੀ ਹੈ ਕਿ ਚਲੋ ਹੇਠਲੇ ਕਰਮਚਾਰੀਆਂ ਦੇ ਉੱਤੇ ਇਹ ਦਬਾਅ ਪੈ ਜੂਗਾ, ਉਹਨਾਂ ਦੇ ਉੱਤੇ ਸਵਾਲ ਉੱਠੂਗਾ ਕਿ ਇਹਨਾਂ ਦੀ ਨਿਯੁਕਤੀ ਹੈ ਜਿਹੜੀ ਫਲਾਣੇ ਜਥੇਦਾਰ ਦੇ ਕਹਿਣ 'ਤੇ ਕੀਤੀ ਗਈ, ਫਲਾਣੇ ਸਕੱਤਰ ਦੇ ਕਹਿਣ ਦੇ ਉੱਤੇ ਕੀਤੀ ਗਈ। ਪਰ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੁੰਦੀ ਜਾਣਦੇ ਤਾਂ ਆਪਾਂ ਸਾਰੇ ਇਹ ਵੀ ਹਾਂ। ਪਰ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਇੱਕ ਨਵੀਂ ਸੂਚੀ ਜਾਰੀ ਕੀਤੀ ਜਾ ਰਹੀ ਹੈ ਉਹਦੇ ਬਾਬਤ ਵੇਰਵਾ ਇਸ ਤਰੀਕੇ ਨਾਲ ਪ੍ਰਾਪਤ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰਲੇ ਕਥਿਤ ਗੰਧਲੇਪਣ ਨੂੰ ਸਾਫ਼ ਕਰਨ ਲਈ ਹਾਲ ਹੀ ਵਿੱਚ ਲਏ ਗਏ ਫੈਸਲੇ ਮੁਤਾਬਕ 523 ਮੁਲਾਜ਼ਮਾਂ ਦੀ ਛਾਂਟੀ ਤੋਂ ਬਾਅਦ ਹੁਣ ਇੱਕ ਹੋਰ ਸੂਚੀ ਆ ਰਹੀ ਹੈ ਜਿਸ ਵਿੱਚ ਇੱਕ ਤੋਂ ਵੱਧ ਖੂਨ ਦੇ ਰਿਸ਼ਤੇ ਵਾਲੇ ਭਰਤੀ ਹੋਏ ਸੈਂਕੜੇ ਮੁਲਾਜ਼ਮਾਂ ਦੇ ਨਾਂ ਵੀ ਸ਼ਾਮਲ ਨੇ। ਕਮੇਟੀ ਦੇ ਬੀਤੇ ਕਾਰਜਕਾਲ ਦੌਰਾਨ ਨਿਯਮਾਂ ਨੂੰ ਅੱਖੋਂ ਓਹਲੇ ਕਰਕੇ ਭਰਤੀ ਕੀਤੇ ਗਏ 523 ਮੁਲਾਜ਼ਮਾਂ ਦੀ ਛਾਂਟੀ ਸੰਬੰਧੀ ਲਏ ਗਏ ਅੰਤਰਿਮ ਕਮੇਟੀ ਦੇ ਫੈਸਲੇ ਤੋਂ ਬਾਅਦ ਹੁਣ ਅਗਲੀ ਸੂਚੀ ਤਿਆਰ ਹੈ ਜਿਸ ਵਿੱਚ ਸੈਂਕੜੇ ਅਜਿਹੇ ਮੁਲਾਜ਼ਮ ਸ਼ਾਮਲ ਨੇ ਜਿਨ੍ਹਾਂ ਦਾ ਕੋਈ ਨਾ ਕੋਈ ਸਕਾ ਸੰਬੰਧੀ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਵਿੱਚ ਤਾਇਨਾਤ ਹੈ। ਇਸ ਸੂਚੀ ਵਿੱਚ ਤਖਤਾਂ ਦੇ ਜਥੇਦਾਰ ਸਾਹਿਬਾਨ ਦੇ ਦਰਜਨਾਂ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ 'ਚ ਕੰਮ ਕਰਦੇ ਰਿਸ਼ਤੇਦਾਰ ਜਾਂ ਪਰਿਵਾਰਕ ਜੀ, ਹੈੱਡ ਗ੍ਰੰਥੀ ਸਾਹਿਬਾਨ, ਮੈਨੇਜਰਾਂ ਦੇ ਜਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਪਰਿਵਾਰਕ ਮੈਂਬਰ, ਥੋਕ ਵਿੱਚ ਕੀਤੀਆਂ ਗਈਆਂ ਤਰੱਕੀਆਂ ਵਾਲੇ ਸੈਂਕੜੇ ਮੁਲਾਜ਼ਮਾਂ ਦੇ ਨਾਂ ਸ਼ਾਮਲ ਨੇ। ਇਸ ਸੰਬੰਧੀ ਜਦੋਂ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇੱਕ ਹੋਰ ਸੂਚੀ ਤਿਆਰ ਕਰਵਾਏ ਜਾਣ ਦੀ ਪੁਸ਼ਟੀ ਕੀਤੀ, ਪਰ ਸੂਚੀ ਜਾਰੀ ਹੋਣ ਦੀ ਤਰੀਕ ਤੇ ਸ਼ਾਮਲ ਮੁਲਾਜ਼ਮਾਂ ਦੇ ਨਾਂ ਦੱਸਣ ਤੋਂ ਨਾਂਹ ਕਰ ਦਿੱਤੀ। ਇਸ ਰਿਪੋਰਟ ਬਾਰੇ ਜਦੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਪੱਖ ਜਾਣਿਆ ਤਾਂ ਉਹਨਾਂ ਨੇ ਕਿਹਾ ਕਿ ਰਿਪੋਰਟ ਤਿਆਰ ਕਰਨ ਲਈ ਅੰਤਰਿਮ ਕਮੇਟੀ ਦੀ ਪ੍ਰਵਾਨਗੀ ਨਾਲ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਕਮੇਟੀ ਦਾ ਗਠਨ ਕਰ ਦਿੱਤਾ ਸੀ ਅਤੇ ਰਿਪੋਰਟ ਆ ਗਈ ਹੈ। ਵਿਰਕ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 523 ਮੁਲਾਜ਼ਮਾਂ ਦੀ ਛਾਂਟੀ ਜ਼ਰੂਰ ਕੀਤੀ ਜਾ ਰਹੀ ਹੈ ਪਰ ਅਸਾਮੀਆਂ ਖਤਮ ਨਹੀਂ ਕੀਤੀਆਂ ਜਾ ਰਹੀਆਂ, ਇਸ ਲਈ ਲੋੜ ਮੁਤਾਬਕ ਮੁੜ ਤੋਂ ਇਸ਼ਤਿਹਾਰ ਦੇ ਕੇ ਨਿਯਮਾਂ ਮੁਤਾਬਕ ਭਰਤੀ ਕੀਤੀ ਜਾਵੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਰਦਰਸ਼ਤਾ ਹੀ ਹੋਵੇ ਇਸ ਗੱਲ ਦੀ ਆਸ, ਇਸ ਗੱਲ ਦੀ ਉਮੀਦ ਹਰ ਕੋਈ ਕਰਦਾ। ਪਰ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕਈ ਕਿਸਮ ਦੀਆਂ ਧਾਂਦਲੀਆਂ, ਕਪੜੇਬਾਜ਼ੀਆਂ ਸਮੇਂ-ਸਮੇਂ ਦੇ ਉੱਤੇ ਉਜਾਗਰ ਹੁੰਦੀਆਂ ਰਹਿੰਦੀਆਂ। ਇਹ ਵੀ ਗੱਲ ਕਹੀ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਕਾਰੀ ਅਦਾਰਾ ਬਣ ਕੇ ਰਹਿ ਚੁੱਕੀ ਹੈ ਜਿਹਦਾ ਕੰਮ ਤਾਂ ਵੈਸੇ ਮੁੱਖ ਤੌਰ ਦੇ ਉੱਤੇ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਸਮਾਜਿਕ ਕੰਮਾਂ ਦੇ ਪ੍ਰਤੀ ਜਵਾਬਦੇਹ ਹੋਣਾ, ਯਾਨੀ ਕਿ ਵਾਤਾਵਰਨ ਦੀ ਸਾਂਭ ਸੰਭਾਲ ਹੋਵੇ, ਭਾਵੇਂ ਕੈਂਸਰ ਪੀੜਤਾਂ ਦੀ ਮਦਦ ਦੀ ਗੱਲ ਹੋਵੇ, ਭਾਵੇਂ ਸਿੱਖਿਆ ਦੀ ਗੱਲ ਹੋਵੇ, ਭਾਵੇਂ ਸਿਹਤ ਦੀ ਗੱਲ ਹੋਵੇ। ਇਸ ਕਰਕੇ ਅਸੀਂ ਇਸ ਕਮੇਟੀ ਤੋਂ ਆਮ ਨਾਲੋਂ ਵੱਧ ਆਸਾਂ ਰੱਖਦੇ ਹਾਂ ਕਿਉਂਕਿ ਬਜਟ ਵੀ ਹਰ ਵਾਰੀ ਅਰਬਾਂ ਰੁਪਈਏ ਦਾ ਹੁੰਦਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਇਹਨਾਂ ਕੰਮਾਂ ਦੀ ਥਾਂ ਦੇ ਉੱਤੇ ਹੋਰ ਕੰਮਾਂ ਦੇ ਕਰਕੇ ਚਰਚਾ ਦੇ ਵਿੱਚ ਵੱਧ ਰਹਿੰਦੀ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਜਦੋਂ ਤੋਂ ਬਣੇ ਆ ਪ੍ਰਧਾਨ, ਪਹਿਲੀ ਗੱਲ ਤਾਂ ਇਸੇ ਗੱਲ ਦੀ ਚਰਚਾ ਸੀ ਕਿ ਉਹ ਪ੍ਰਧਾਨ ਬਣ ਕਿਵੇਂ ਗਏ, ਪਰ ਜਦੋਂ ਤੋਂ ਬਣੇ ਆ ਉਦੋਂ ਤੋਂ ਉਹਨਾਂ ਨੇ ਹਾਲੇ ਤੱਕ ਕੋਈ ਜ਼ਿਕਰਯੋਗ ਪ੍ਰਾਪਤੀ ਕਰਕੇ ਨਹੀਂ ਦਿਖਾਈ, ਭਾਵੇਂ ਕਿ ਥੋੜ੍ਹੇ ਕੁ ਮਹੀਨੇ ਹੋਏ ਆ, ਉਹਨਾਂ ਦੀ ਪ੍ਰਾਪਤੀ ਦੀ ਵੀ ਆਮ ਲੋਕਾਂ ਨੂੰ ਉਡੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਹਰ ਖੇਤਰ ਦੇ ਵਿੱਚ, ਹਰ ਹਲਕੇ ਦੇ ਵਿੱਚ, ਹਰ ਪਿੰਡ ਦੇ ਵਿੱਚ ਧਰਮ ਦੇ ਪ੍ਰਚਾਰਕ ਰੱਖਣੇ ਆ। ਪਰ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਧਰਮ ਦਾ ਪ੍ਰਚਾਰ ਆਧੁਨਿਕਤਾ ਦੇ ਮੁਤਾਬਕ, ਲੋੜਾਂ ਦੇ ਮੁਤਾਬਕ, ਮਨੁੱਖ ਦੇ ਸੁਭਾਅ ਦੇ ਮੁਤਾਬਕ ਹੋਣਾ ਚਾਹੀਦਾ। ਅਸੀਂ ਜੇਕਰ ਕਿਸੇ ਦੀਆਂ ਲੋੜਾਂ ਦੇ ਨਾਲ ਜੋੜ ਕੇ ਗੱਲ ਕਰਾਂਗੇ, ਅਸੀਂ ਜੇਕਰ ਇਹ ਕਹਾਂਗੇ ਕਿ ਧਰਮ ਦਾ ਤਰਕ ਕੀ ਕਹਿੰਦਾ,
ਅਸੀਂ ਜੇਕਰ ਵਿਗਿਆਨਕ ਪੱਖ ਆ ਜਿਹੜਾ ਉਹ ਸਾਹਮਣੇ ਲੈ ਕੇ ਆਵਾਂਗੇ ਤਾਂ ਨਵੀਂ ਪੀੜ੍ਹੀ ਦੇ ਮਨ ਦੇ ਉੱਤੇ ਇਸ ਗੱਲ ਦਾ ਸਾਡੇ ਧਰਮ ਦਾ ਅਸਰ ਪਹਿਲਾਂ ਨਾਲੋਂ ਵੱਧ ਹੋਊਗਾ। ਕਿਉਂਕਿ ਅਸੀਂ ਜਿਹੜੀਆਂ ਪੁਰਾਣੀਆਂ ਕਹਾਣੀਆਂ ਜਿਹੜੀਆਂ ਕਿ ਵੱਖ ਵੱਖ ਦੀਵਾਨਾਂ ਦੇ ਵਿੱਚ ਵੀ ਕਈ ਲੋਕ ਸੁਣਾਉਂਦੇ ਆ, ਉਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਜਿਨ੍ਹਾਂ ਦੇ ਉੱਤੇ ਤਰਕ ਦੇ ਨਾਲ ਯਕੀਨ ਕੀਤਾ ਨਹੀਂ ਜਾ ਸਕਦਾ, ਉਹ ਚਮਤਕਾਰੀ ਪ੍ਰਭਾਵ ਪੇਸ਼ ਕਰਦੀਆਂ ਤਰਕ ਦੀਆਂ ਹਾਣੀ ਨੇ। ਮੇਰੇ ਖਿਆਲ ਦੇ ਮੁਤਾਬਕ ਇਸ ਵਕਤ ਤਰਕ ਦੇ ਨਾਲ ਸਾਡੇ ਧਰਮ ਦੀ ਬਾਤ ਪੈਣੀ ਚਾਹੀਦੀ ਹੈ। ਵੈਸੇ ਤਾਂ ਧਰਮ ਜਿਹੜਾ ਹਰ ਇਨਸਾਨ ਦਾ ਮਨੁੱਖਤਾ ਹੀ ਹੋਣਾ ਚਾਹੀਦਾ, ਇਨਸਾਨੀਅਤ ਹੋਣਾ ਚਾਹੀਦਾ, ਪਰ ਸਿੱਖੀ ਵੀ ਕਿਉਂਕਿ ਇਨਸਾਨੀਅਤ ਦੀ ਬਾਤ ਪਾਉਂਦੀ ਹੈ, ਇਸ ਕਰਕੇ ਇਹਦੀ ਲੋੜ ਸਭ ਤੋਂ ਵੱਧ ਹੈ। ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਵਿੱਚ ਲੰਘੇ ਵੇਲੇ ਮੁਲਾਜ਼ਮ ਰੱਖੇ ਗਏ ਅਤੇ ਜਿਸ ਤਰੀਕੇ ਨਾਲ ਹੁਣ ਕੱਢੇ ਜਾ ਰਹੇ ਆ, ਇਹਦੇ ਉੱਤੇ ਇੱਕ ਨਵਾਂ ਵਿਵਾਦ ਪੈਦਾ ਹੋਣਾ ਕੁਦਰਤੀ ਹੈ। ਕਿਉਂਕਿ ਜਦੋਂ ਕੋਈ ਰੱਖਿਆ ਜਾਂਦਾ, ਜੇਕਰ ਅਸੀਂ ਉਦੋਂ ਨਹੀਂ ਪੜਤਾਲ ਕਰਦੇ ਤਾਂ ਨਵਾਂ ਪ੍ਰਧਾਨ ਆਉਣ ਤੋਂ ਬਾਅਦ ਉਹਦੀ ਪੜਤਾਲ ਦੀ ਕੋਈ ਅਹਿਮੀਅਤ ਨਹੀਂ ਬਣਦੀ। ਇੱਦਾਂ ਲੱਗਦਾ ਕਿ ਇਹ ਕਿੜ ਕੱਢਣ ਵਾਲੀ ਇੱਕ ਰਾਜਨੀਤੀ ਹੈ। ਉਹਨਾਂ 523 ਲੋਕਾਂ ਨੇ ਜਿਨ੍ਹਾਂ ਨੇ ਆਪਣੀ ਰੋਜ਼ੀ ਰੋਟੀ ਸ਼੍ਰੋਮਣੀ ਕਮੇਟੀ ਦੇ ਵਿੱਚ ਕੰਮ ਕਰਕੇ ਜਾਂ ਇਹਨਾਂ ਦੇ ਵਿਭਾਗਾਂ ਵਿੱਚ ਕੰਮ ਕਰਕੇ ਤੋਰਨੀ ਸ਼ੁਰੂ ਕੀਤੀ, ਹੁਣ ਕੱਢਿਆ ਜਾਊਗਾ। ਇਸ ਤੋਂ ਇਲਾਵਾ ਇੱਕ ਸੂਚੀ ਹੋਰ ਬਣਾਈ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਇੱਕੋ ਵਾਰੀ ਇਹ ਸਾਰਾ ਕੁਝ ਕੀਤਾ ਜਾਵੇ, ਕਿਸ਼ਤਾਂ ਦੇ ਵਿੱਚ ਨਾ ਕੀਤਾ ਜਾਵੇ। ਮੈਂ ਇਸ ਗੱਲ ਦਾ ਬਿਲਕੁਲ ਹਾਮੀ ਨਹੀਂ ਕਿ ਕਿਸੇ ਦੀ ਰੋਜ਼ੀ ਰੋਟੀ ਖੋਈ ਜਾਵੇ। ਇਹ ਪਹਿਲਾਂ ਸੋਚਣਾ ਚਾਹੀਦਾ ਕਿਹਨੂੰ ਰੱਖਣਾ ਅਤੇ ਕਿਹਨੂੰ ਨਹੀਂ ਰੱਖਣਾ। ਪਰ ਭਾਈ ਭਤੀਜਾਵਾਦ ਹਰ ਖੇਤਰ ਦੇ ਵਿੱਚ ਚੱਲਦਾ ਹੈ, ਧਰਮ ਦੇ ਵਿੱਚ ਵੀ ਚੱਲਦਾ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਰਾਜਨੀਤੀ ਵਿੱਚ ਪਰਿਵਾਰਵਾਦ ਆ ਗਿਆ, ਅਸੀਂ ਹੋਰ ਵੱਖ ਵੱਖ ਖੇਤਰਾਂ ਦੀ ਬਾਤ ਵੀ ਪਾਉਂਦੇ ਹਾਂ, ਪਰ ਸ਼੍ਰੋਮਣੀ ਕਮੇਟੀ ਵੀ ਇਹਦੇ ਤੋਂ ਵਾਂਝੀ ਨਹੀਂ। ਸ਼੍ਰੋਮਣੀ ਕਮੇਟੀ ਵਿੱਚ ਵੀ ਪਰਿਵਾਰਵਾਦ ਆ ਗਿਆ। ਕਈ ਸ਼੍ਰੋਮਣੀ ਕਮੇਟੀ ਦੇ ਇਹੋ ਜਿਹੇ ਸੀਨੀਅਰ ਅਧਿਕਾਰੀ ਹੈ, ਕਈ ਇਹੋ ਜਿਹੇ ਜਥੇਦਾਰ ਹੈ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰ ਜਾਂ ਆਪਣੇ ਖੂਨ ਦੇ ਰਿਸ਼ਤਿਆਂ ਦੇ ਵਿੱਚੋਂ ਕੋਈ ਨਾ ਕੋਈ ਆਪਣਾ PA ਬਣਾਇਆ, ਕੋਈ ਨਿੱਜੀ ਸਲਾਹਕਾਰ ਬਣਾਇਆ। ਉਹ ਜਾਂਦੀ ਤਾਂ ਤਨਖਾਹ ਸ਼੍ਰੋਮਣੀ ਕਮੇਟੀ ਦੇ ਖਾਤੇ ਦੇ ਵਿੱਚੋਂ ਹੀ ਹੈ, ਯਾਨੀ ਕਿ ਜਿੰਨਾ ਕੁ ਕੁਛ ਆਉਂਦਾ ਹੈ ਉਹ ਆਪਣੇ ਘਰ ਦੇ ਵਿੱਚ ਹੀ ਆਵੇ, ਆਪਾਂ ਬਾਹਰ ਕਿਉਂ ਜਾਣ ਦੇਣਾ। ਇੱਥੇ ਵੀ ਇਹ ਬਿਰਤੀ ਕੰਮ ਕਰਦੀ ਹੈ। ਸੋ ਜਿਹੜੇ ਮੁਲਾਜ਼ਮ ਸਹੀ ਨਹੀਂ ਕੰਮ ਕਰਦੇ ਉਹਨਾਂ ਦੇ ਬਾਬਤ ਸੋਚਣਾ ਚਾਹੀਦਾ। ਪਰ ਹੁਣ ਇਹ ਵੀ ਪਤਾ ਲੱਗਾ ਵੀ ਅਧਿਆਪਕਾਂ ਦੀ ਵੀ ਛਾਂਟੀ ਕੀਤੀ ਜਾ ਰਹੀ ਹੈ। ਜਿਹੜੇ ਕੰਟਰੈਕਟ ਵਾਲੇ ਕਰਾਰ ਵਾਲੇ ਅਧਿਆਪਕ ਹੈ ਉਹਨਾਂ ਨੇ 3-3, 4-4, 5-5, 7-7 ਸਾਲ ਕੰਮ ਕੀਤਾ ਹੈ ਅਤੇ ਕਹਿੰਦੇ ਆ ਵੀ ਉਹਨਾਂ ਦੀ ਵੀ ਛੁੱਟੀ ਕਰ ਦੇਣੀ ਹੈ। ਯਾਨੀ ਕਿ ਬਡੂੰਗਰ ਹੋਰਾਂ ਦਾ ਕਾਰਜਕਾਲ ਤਾਂ ਬਹੁਤ ਛੋਟਾ ਰਿਹਾ, ਪਰ ਜਿਹੜੇ 6 ਸਾਲ, 3 ਸਾਲ, 2 ਸਾਲ, 5 ਸਾਲ ਪੁਰਾਣੇ ਆ ਅਧਿਆਪਕ ਕੰਮ ਕਰਦੇ ਉਹਨਾਂ ਦੀ ਵੀ ਛੁੱਟੀ ਕਰ ਦਿੱਤੀ ਜਾਵੇ, ਇਹ ਇੱਕ ਨਵਾਂ ਵਿਵਾਦ ਪੈਦਾ ਕਰਨ ਵਾਲੀ ਗੱਲ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਦਿਨ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਲੈਂਦੇ ਹਾਂ। ਜੇਕਰ ਤੁਹਾਨੂੰ ਇਹ ਗੱਲ ਕਹੀ ਜਾਵੇ ਕਿ ਤੁਹਾਡੇ ਪਿੰਡ ਦੇ ਵਿੱਚ ਬੇਰੁਜ਼ਗਾਰ ਕਿੰਨੇ ਆ, ਮੇਰਾ ਨਹੀਂ ਖਿਆਲ ਕਿ ਤੁਹਾਨੂੰ ਬਹੁਤਾ ਕੋਈ ਉਚੇਚਾ ਯਤਨ ਕਰਨਾ ਪਊਗਾ। ਤੁਸੀਂ ਉਂਗਲਾਂ ਦੇ ਪੋਟਿਆਂ 'ਤੇ ਗਿਣ ਲਓਗੇ ਕਿ ਇੱਕ ਫਲਾਣਿਆਂ ਦਾ ਮੁੰਡਾ, ਇੱਕ ਫਲਾਣਿਆਂ ਦਾ, ਇੱਕ ਫਲਾਣਿਆਂ ਦਾ, ਇੱਕ ਫਲਾਣਿਆਂ ਦੀ ਕੁੜੀ, ਇਹ ਬੇਰੁਜ਼ਗਾਰ ਆ, ਪੜ੍ਹੇ ਲਿਖੇ ਹੈਗੇ ਆ ਪਰ ਨੌਕਰੀ ਨਹੀਂ ਮਿਲੀ, ਸਰਕਾਰ ਦੀਆਂ ਨੀਤੀਆਂ ਮਾੜੀਆਂ। ਉਸੇ ਤਰੀਕੇ ਦੇ ਨਾਲ ਹਲਕਿਆਂ ਦੇ ਵਿਧਾਇਕ ਹੁੰਦੇ ਆ ਜਿਹੜੇ ਇੱਕ ਇੱਕ ਵੋਟ ਲੈਂਦੇ ਆ। ਚਾਹੀਦਾ ਤਾਂ ਇਹਨਾਂ ਨੂੰ ਇਹ ਹੈ ਕਿ ਇਹ ਇੱਕ ਅੰਕੜਾ ਤਿਆਰ ਕਰਕੇ ਰੱਖਣ ਵੀ ਕਿਹੜੇ ਪਿੰਡ ਦੇ ਵਿੱਚ ਕਿੰਨੇ ਬੇਰੁਜ਼ਗਾਰ ਆ, ਕਿਉਂਕਿ ਸਰਪੰਚ ਇਹਨਾਂ ਦੇ ਆਪਣੇ ਹੁੰਦੇ ਆ, ਹਰ ਪਿੰਡ ਦੇ ਵਿੱਚ ਇਹਨਾਂ ਦੇ ਆਪਣੇ ਬੈਠੇ ਹੁੰਦੇ ਆ, ਇਹਨਾਂ ਨੂੰ ਸੂਚੀ ਬਣਾ ਕੇ ਰੱਖਣੀ ਚਾਹੀਦੀ ਹੈ। ਵਿਧਾਇਕ ਜੇਕਰ ਸੂਚੀ ਬਣਾ ਕੇ ਦੇਣਗੇ ਮੁੱਖ ਮੰਤਰੀ ਨੂੰ, ਫਿਰ ਪੂਰੇ ਪੰਜਾਬ ਦਾ ਅੰਕੜਾ ਮਿਲ ਜੂਗਾ, ਅਤੇ ਜੇਕਰ ਵੱਖ ਵੱਖ ਸੂਬਿਆਂ ਦੇ ਅੰਕੜੇ ਦੇ ਦਿੱਤੇ ਜਾਣ ਕੇਂਦਰ ਨੂੰ ਤਾਂ ਫਿਰ ਇੱਕ ਪੂਰੇ ਭਾਰਤ ਦਾ ਬੇਰੁਜ਼ਗਾਰੀ ਅੰਕੜਾ ਸਭ ਦੇ ਸਾਹਮਣੇ ਆ ਜਾਣਾ। ਪਰ ਜੇਕਰ ਇਹ ਅੰਕੜੇ ਸਾਹਮਣੇ ਆਉਣਗੇ ਤਾਂ ਫਿਰ ਸਰਕਾਰਾਂ ਦੀ ਮਿੱਟੀ ਬਹੁਤ ਪੱਟੀ ਜਾਣੀ ਹੈ। ਮੋਦੀ ਸਾਹਿਬ ਨੇ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਮੌਕੇ ਗੱਲ ਕਹੀ ਸੀ ਕਿ ਬਾਈਓ ਔਰ ਬਹਿਨੋ ਇੱਕ ਮੌਕਾ ਦਿਓ, 2 ਕਰੋੜ ਰੁਜ਼ਗਾਰ ਪ੍ਰਤੀ ਵਰਸ਼ ਦੇਂਗੇ। ਪਰ ਕੀ 2 ਕਰੋੜ ਰੁਜ਼ਗਾਰ ਹੁਣ ਤੱਕ ਕੁੱਲ ਮਿਲਿਆ 4-4.25 ਸਾਲ ਦੇ ਵਿੱਚ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਉਹੀ ਹਾਲ ਪੰਜਾਬ ਦੇ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਇਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, ਪਰ ਕਿੰਨੇ ਕੁ ਰੁਜ਼ਗਾਰ ਮਿਲੇ ਆ ਇਹ ਆਪਾਂ ਜਾਣਦੇ ਹਾਂ। ਹੁਣ ਤੱਕ ਸੱਭਿਆਚਾਰਕ ਮੇਲਿਆਂ ਦੇ ਬਾਰੇ ਜਾਂ ਸਾਹਿਤਕ ਮੇਲਿਆਂ ਦੇ ਬਾਰੇ ਜਾਂ ਸਿਹਤ ਮੇਲਿਆਂ ਦੇ ਬਾਰੇ ਤਾਂ ਸੁਣਿਆ ਸੀ, ਪਰ ਰੁਜ਼ਗਾਰ ਦੇ ਮੇਲੇ ਲੱਗਣਗੇ ਪੰਜਾਬ ਦੇ ਵਿੱਚ, ਇਹ ਪਹਿਲੀ ਵਾਰ ਸੁਣਿਆ। ਅਤੇ ਰੁਜ਼ਗਾਰ ਦੇ ਮੇਲਿਆਂ ਦੇ ਵਿੱਚ ਰੁਜ਼ਗਾਰ ਸੱਚੀ ਮੁੱਚੀ ਕਿੰਨਾ ਕੁ ਮਿਲਿਆ ਇਹ ਵੀ ਪਹਿਲੀ ਵਾਰ ਦੇਖਿਆ ਅਤੇ ਸੁਣਿਆ। ਪਰ ਇੱਕ ਜਾਣਕਾਰੀ ਮਿਲੀ ਆ RTI ਦੇ ਰਾਹੀਂ ਕਿ ਸਾਡੀਆਂ ਸਰਕਾਰਾਂ ਨੂੰ ਪਤਾ ਹੀ ਨਹੀਂ ਕਿ ਦੇਸ਼ ਦੇ ਵਿੱਚ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਕਿੰਨੀ ਆ। ਇਹਨਾਂ ਨੂੰ ਪਤਾ ਹੀ ਨਹੀਂ ਜਾਂ ਦੱਸਣਾ ਨਹੀਂ ਚਾਹੁੰਦੇ, ਇਹ ਵੱਖੋ ਵੱਖਰੇ ਪ੍ਰਸੰਗ ਹੈ। ਪਰ ਜਿਹੜੀ ਰਿਪੋਰਟ ਸਾਡੇ ਤੱਕ ਅਪੜੀ ਹੈ ਉਹਦਾ ਵੇਰਵਾ ਇਸ ਤਰੀਕੇ ਨਾਲ ਆ ਕੇ ਦੇਸ਼ ਦੇ ਵਿੱਚ ਬੀਤੇ ਕਈ ਦਿਨਾਂ ਤੋਂ ਸੱਤਾਧਾਰੀ BJP ਅਤੇ ਵਿਰੋਧੀ ਧਿਰਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੌਕਰੀਆਂ ਨੂੰ ਲੈ ਕੇ ਵੱਖੋ ਵੱਖਰੇ ਦਾਅਵੇ ਕਰ ਰਹੀਆਂ ਨੇ। ਇਹ ਦਾਅਵੇ ਬਿਨਾਂ ਕਿਸੇ ਸਰਕਾਰੀ ਰਿਕਾਰਡ ਤੋਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਸਰਕਾਰ ਦੇ ਲੇਬਰ ਅਤੇ ਰੁਜ਼ਗਾਰ ਵਿਭਾਗ ਵੱਲੋਂ ਅਜਿਹੇ ਕੋਈ ਅੰਕੜੇ ਦਰਜ ਨਹੀਂ ਕੀਤੇ ਗਏ। ਲੇਬਰ ਅਤੇ ਰੁਜ਼ਗਾਰ ਵਿਭਾਗ ਕੋਲੋਂ RTI ਕਾਰਕੁਨ ਦਿਨੇਸ਼ ਚੱਡਾ ਵੱਲੋਂ ਲਈ ਗਈ ਜਾਣਕਾਰੀ ਮੁਤਾਬਕ ਸਰਕਾਰੀ ਅਤੇ ਗੈਰ ਸਰਕਾਰੀ ਸਕੀਮਾਂ ਤਹਿਤ ਰੁਜ਼ਗਾਰ ਦੇ ਕਿੰਨੇ ਮੌਕੇ ਉਪਲਬਧ ਕਰਵਾਏ ਗਏ ਨੇ। ਅਜਿਹੇ ਅੰਕੜੇ ਨਾ ਤਾਂ ਇਕੱਠੇ ਕੀਤੇ ਜਾਂਦੇ ਨੇ ਅਤੇ ਨਾ ਹੀ ਦਰਜ।
ਇੱਥੋਂ ਤੱਕ ਕਿ ਇਸ ਮਹਿਕਮੇ ਦੇ ਕੋਲ 2015 ਤੋਂ ਬਾਅਦ ਦੇ ਇਹ ਅੰਕੜੇ ਵੀ ਮੌਜੂਦ ਨਹੀਂ ਕਿ ਮੁਲਕ ਦੇ ਵਿੱਚ ਨੌਕਰੀ ਦੇ ਚਾਹਵਾਨ ਬੇਰੁਜ਼ਗਾਰ ਕਿੰਨੀ ਗਿਣਤੀ ਵਿੱਚ ਨੇ। RTI ਰਾਹੀਂ ਹਾਸਲ ਜਾਣਕਾਰੀ ਮੁਤਾਬਕ ਨੌਕਰੀ ਦੇ ਚਾਹਵਾਨਾਂ ਸੰਬੰਧੀ ਬਣਾਏ ਗਏ ਲਾਈਵ ਰਜਿਸਟਰ ਮੁਤਾਬਕ 2015 ਵਿੱਚ 4.5 ਕਰੋੜ, 2014 ਦੇ ਵਿੱਚ 4.25 ਕਰੋੜ ਦੇ ਕਰੀਬ, 2013 ਦੇ ਵਿੱਚ 4 ਕਰੋੜ ਅਤੇ 70 ਲੱਖ ਦੇ ਕਰੀਬ, 2012 ਦੇ ਵਿੱਚ 4.25 ਕਰੋੜ, 2011 ਦੇ ਵਿੱਚ ਲਗਭਗ 4 ਕਰੋੜ ਅਤੇ 2010 ਦੇ ਵਿੱਚ 3 ਕਰੋੜ ਅਤੇ 90 ਲੱਖ ਨੌਕਰੀ ਦੇ ਚਾਹਵਾਨ ਸਨ। ਐਡਵੋਕੇਟ ਚੱਡਾ ਨੇ ਕਿਹਾ ਕਿ ਜਦੋਂ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ ਰੁਜ਼ਗਾਰ ਦੇ ਮੌਕਿਆਂ ਸੰਬੰਧੀ ਕੋਈ ਸਰਕਾਰੀ ਅੰਕੜੇ ਹੀ ਮੌਜੂਦ ਨਹੀਂ ਤਾਂ 2 ਕਰੋੜ ਲੋਕਾਂ ਨੂੰ ਰੁਜ਼ਗਾਰ ਉਪਲਬਧ ਕਰਾਉਣ ਦੇ ਦਾਅਵੇ ਮਹਿਜ਼ ਅੱਖੀਂ ਕੱਟਾ ਪਾਉਣ ਦੇ ਬਰਾਬਰ ਨੇ। ਉਹਨਾਂ ਨੇ ਕਿਹਾ ਕਿ ਪਕੌੜੇ ਵੇਚਣ ਵਾਲੇ ਰੁਜ਼ਗਾਰ ਦੀ ਗਿਣਤੀ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ, ਇਹਦੇ ਨਾਲ ਫਰਕ ਨਹੀਂ ਪੈਂਦਾ, ਪਰ ਘੱਟ ਤੋਂ ਘੱਟ ਰੁਜ਼ਗਾਰ ਸੰਬੰਧੀ ਸਰਕਾਰੀ ਅੰਕੜੇ ਮੌਜੂਦ ਹੋਣੇ ਚਾਹੀਦੇ ਨੇ। ਜੇਕਰ ਸਰਕਾਰ ਰੁਜ਼ਗਾਰ ਪ੍ਰਦਾਨ ਨਹੀਂ ਕਰ ਸਕਦੀ ਤਾਂ ਝੂਠੇ ਦਾਅਵੇ ਕਰਕੇ ਬੇਰੁਜ਼ਗਾਰਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਨਹੀਂ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਅਸੀਂ ਇਹ ਗੱਲ ਕਹਾਂਗੇ, ਜਿਹੜੀ ਕੇਂਦਰ ਦੀ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਹੋਣ ਕਿ ਪਕੌੜੇ ਤਲਣਾ ਵੀ ਕੋਈ ਛੋਟਾ ਰੁਜ਼ਗਾਰ ਨਹੀਂ, ਇਹ ਕੋਈ ਬੇਰੁਜ਼ਗਾਰੀ ਵਾਲੀ ਗੱਲ ਨਹੀਂ, ਇਹਨੂੰ ਵੀ ਅਸੀਂ ਰੁਜ਼ਗਾਰ ਦੇ ਵਿੱਚ ਹੀ ਸਮਝਦੇ ਹਾਂ, ਉਸ ਸਰਕਾਰ ਦੀ ਸੋਚ ਕੀ ਹੈ ਇਹਦੇ ਬਾਬਤ ਅੰਦਾਜ਼ਾ ਲਾਉਣਾ ਔਖਾ ਨਹੀਂ। ਉਹ ਸਰਕਾਰ ਜਿਹੜੀ ਸਿਰਫ ਭਗਵੇਂ ਕਰਨ ਦੀ ਬਾਤ ਪਾਉਂਦੀ ਹੋਵੇ, ਜਿਹਨੂੰ ਇਸ ਗੱਲ ਦਾ ਫਿਕਰ ਹੋਵੇ ਕਿ ਔਰੰਗਜ਼ੇਬ ਮਾੜਾ ਸੀ, ਸ਼ਾਹਜਹਾਂ ਮਾੜਾ ਸੀ, ਅਕਬਰ ਮਾੜਾ ਸੀ, ਕਿਹੜਾ ਮਾੜਾ ਸੀ, ਅਲਾਉਦੀਨ ਖਿਲਜੀ ਮਾੜਾ ਸੀ ਅਤੇ ਪਦਮਾਵਤੀ ਚੰਗੀ ਸੀ, ਉਹਨਾਂ ਨੇ ਵਰਤਮਾਨ ਦੇ ਵਿੱਚ ਕੀ ਕਰਨਾ? ਇਹ ਲੋਕ ਤਾਂ ਸਦੀਆਂ ਪੁਰਾਣੀਆਂ ਗੱਲਾਂ ਕਰਦੇ ਆ, ਇਹਨਾਂ ਲੋਕਾਂ ਨੂੰ ਵਰਤਮਾਨ ਚੁਣੌਤੀਆਂ ਦਾ ਪਤਾ ਹੀ ਨਹੀਂ। ਇਹ ਲੋਕ ਸਿਰਫ ਤੁਹਾਡੀਆਂ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਆ, ਪਰ ਦੁੱਖ ਦੀ ਗੱਲ ਹੈ ਕਿ ਅਸੀਂ ਸਿਰ ਤੋਂ ਕੰਮ ਖੁਦ ਵੀ ਕਦੇ ਨਹੀਂ ਲਿਆ। ਇਹ ਸੂਬਾਈ ਸਰਕਾਰਾਂ ਦੀ ਵੀ ਗੱਲ ਹੈ, ਇਹ ਕੇਂਦਰ ਸਰਕਾਰ ਦੀ ਵੀ ਗੱਲ ਹੈ। ਆਪਾਂ ਗੱਲ ਕਰਦੇ ਹਾਂ ਪਕੌੜੇ ਤਲਣ ਦੀ। ਤੁਸੀਂ ਇਹ ਸੋਚੋ ਕਿ ਜੇਕਰ PhD ਕੀਤੀ ਹੋਵੇ ਤੁਸੀਂ, ਜਾਂ ਮੈਂ MPhil ਕੀਤੀ ਹੋਵੇ, ਜਾਂ ਤੁਸੀਂ WMA ਕੀਤੀ ਹੋਵੇ, ਜਾਂ ਮੈਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੋਵੇ, ਕੀ ਅਸੀਂ ਚਾਹਾਂਗੇ ਕਿ ਅਸੀਂ ਪਕੌੜੇ ਤਲੀਏ? ਜੇਕਰ ਸਾਨੂੰ ਯੋਗਤਾ ਦੇ ਮੁਤਾਬਕ ਨੌਕਰੀ ਨਾ ਮਿਲੇ ਫਿਰ ਤਾਂ ਅਸੀਂ ਕੁਝ ਵੀ ਕਰਾਂਗੇ? ਮਰਦਾ ਕੀ ਨਹੀਂ ਕਰਦਾ? ਰੁਜ਼ਗਾਰ ਕੋਈ ਵੀ ਮਾੜਾ ਨਹੀਂ, ਪਰ PhD ਪਕੌੜਿਆਂ ਵਾਸਤੇ ਥੋੜ੍ਹੀ ਕੀਤੀ ਹੈ। ਜਦੋਂ ਸਰਕਾਰ ਨੌਕਰੀ ਨਹੀਂ ਦਿੰਦੀ ਤਾਂ ਫਿਰ ਅਸੀਂ ਕੋਈ ਨਾ ਕੋਈ ਤਾਂ ਕਿੱਤਾ ਚੁਣਦੇ ਹਾਂ ਆਪਣੇ ਟੱਬਰ ਨੂੰ ਪਾਲਣ ਦੇ ਲਈ। ਜਿੰਨੇ ਕੁ ਸਾਡੇ ਕੋਲ ਪੈਸੇ, ਜਿੰਨਾ ਕੁ ਸਾਡਾ ਵਸੀਲਾ ਹੁੰਦਾ, ਅਸੀਂ ਉਹਦੇ ਮੁਤਾਬਕ ਰੁਜ਼ਗਾਰ ਨਾਲ ਜੁੜ ਜਾਂਦੇ ਹਾਂ। ਪਰ ਸਾਡੀਆਂ ਸਰਕਾਰਾਂ ਇਸ ਗੱਲ ਨੂੰ ਵੀ ਪ੍ਰਾਪਤੀ ਬਣਾ ਕੇ ਪੇਸ਼ ਕਰਦੀਆਂ ਅਤੇ ਇਸ ਮਾਮਲੇ ਦਾ ਰਾਜਨੀਤਿਕ ਭੜੁੱਲ ਬਣ ਜਾਂਦਾ। ਹੁਣ ਜਿਹੜਾ ਅੰਕੜਾ ਸਾਡੇ ਸਾਹਮਣੇ ਆਇਆ, ਅਸਲ ਦੇ ਵਿੱਚ ਇਹ ਅੰਕੜਾ ਵੀ ਨਹੀਂ, ਤੱਥ ਵੀ ਨਹੀਂ, ਕਿਉਂਕਿ ਉਹਨਾਂ ਨੇ ਤਾਂ ਜਵਾਬ ਹੀ ਦੇ ਦਿੱਤਾ ਕਿ ਸਾਡੇ ਕੋਲ ਭਾਈ ਅੰਕੜੇ ਹੈ ਨਹੀਂ ਦੇਸ਼ ਦੇ ਵਿੱਚ ਕਿੰਨੇ ਲੋਕ ਬੇਰੁਜ਼ਗਾਰ ਹੈ। ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹ ਹੈ ਕਿ 2019 ਦੀਆਂ ਚੋਣਾਂ ਸਿਰ ਦੇ ਉੱਤੇ ਹੈ। ਸਰਕਾਰ ਦੇ ਵੱਲੋਂ ਅੰਕੜਾ ਵਿਭਾਗ ਨੂੰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ, ਅਸੀਂ ਆਉਂਦੇ ਸਮੇਂ ਦੇ ਵਿੱਚ ਕਈ ਕਿਸਮ ਦੀ ਝੂਠੀ ਸੱਚੀ ਪੇਸ਼ਕਾਰੀ ਕਰਨੀ ਆ, ਅਸੀਂ ਅੰਕੜਿਆਂ ਦੀ ਖੇਡ ਖੇਡਣੀ ਆ ਆਪ ਨਿੱਜੀ ਤੌਰ ਦੇ ਉੱਤੇ ਮੀਡੀਏ ਦੇ ਵੱਖ-ਵੱਖ ਸਾਧਨਾਂ ਦੇ ਰਾਹੀਂ, ਇਸ ਕਰਕੇ ਬੇਰੁਜ਼ਗਾਰਾਂ ਦੀ ਗਿਣਤੀ, ਬੇਰੁਜ਼ਗਾਰਾਂ ਦਾ ਅੰਕੜਾ ਪੇਸ਼ ਨਹੀਂ ਕਰਨਾ। ਇਹਦੇ ਨਾਲ ਭਾਰਤ ਦਾ ਕਿਹੜਾ ਮਸਲਾ ਹੱਲ ਹੁੰਦਾ ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਇੱਥੇ ਸਿਰਫ ਅਤੇ ਸਿਰਫ ਲੁਕਵੀਂ ਬਾਤ ਪਾਉਣ ਦੀ ਆਗਿਆ ਇਹਨਾਂ ਲੋਕਾਂ ਨੂੰ ਹੈ। ਅਸੀਂ ਸਪਸ਼ਟ ਹੋਈਏ ਹਰ ਗੱਲ ਦੇ ਵਿੱਚ, ਹਰ ਗੱਲ ਦੇ ਪ੍ਰਤੀ ਜਵਾਬਦੇਹ ਹੋਈਏ, ਅਤੇ ਇਹ ਲੋਕ ਸਿਰਫ ਅਤੇ ਸਿਰਫ ਸਾਡੇ ਨਾਲ ਉਹ ਖੇਡ ਖੇਡਣ ਜਿਹੜੀ ਲੁਕਣ ਮਿੱਟੀ ਵਾਲੀ ਕਹੀ ਜਾਂਦੀ ਹੈ। ਸੋ ਇਸ ਕਰਕੇ ਆਉਂਦੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਕੁਝ ਅੱਜ ਤੋਂ ਹੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰ ਕੋਈ ਹੋਵੇ ਹੀ ਨਾ। ਜੇਕਰ ਹਰ ਹੱਥ ਆ ਜਿਹੜਾ ਉਹ ਕਿਰਤ ਨਾਲ ਜੁੜਿਆ ਹੋਊਗਾ, ਰੁਜ਼ਗਾਰ ਹਰ ਹੱਥ ਦੇ ਵਿੱਚ ਹੋਊਗਾ, ਤਾਂ ਜੋ ਜੋ ਸਾਡੇ ਸਮਾਜ ਦੇ ਵਿੱਚ ਸਮੱਸਿਆਵਾਂ ਪੈਦਾ ਹੋਈਆਂ, ਸ਼ਾਇਦ ਉਹਨਾਂ ਸਮੱਸਿਆਵਾਂ ਤੋਂ ਸਾਡੀ ਦੂਰੀ ਬਣ ਜਾਵੇ। ਸਾਡੇ ਸਮਾਜ ਦੇ ਵਿੱਚ ਖਾਸ ਕਰਕੇ ਜੇਕਰ ਅਸੀਂ ਪੰਜਾਬ ਦੀ ਹੀ ਗੱਲ ਕਰ ਲੱਗੇ ਤਾਂ ਪੰਜਾਬ ਸੂਬੇ ਦੇ ਵਿੱਚ ਵੀ ਬੇਰੁਜ਼ਗਾਰਾਂ ਦੀ ਗਿਣਤੀ ਘੱਟ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਹੈ। ਸਾਡੀਆਂ ਸਰਕਾਰਾਂ ਨੂੰ ਸਮਾਰਟ ਫੋਨ ਦੇਣ ਦੀ ਤਾਂ ਗੱਲ ਚੇਤੇ ਆ ਜਾਂਦੀ ਹੈ, ਰੁਜ਼ਗਾਰ ਦੇਣ ਦੀ ਗੱਲ ਚੇਤੇ ਨਹੀਂ ਆਉਂਦੀ। ਹੁਣ ਸਾਡੇ ਜਾਖੜ ਸਾਹਿਬ ਇਹ ਗੱਲ ਕਹੀ ਜਾਂਦੇ ਆ ਕਿ ਜੀ ਬਜਟ ਸੈਸ਼ਨ ਤੋਂ ਬਾਅਦ ਅਸੀਂ ਸਮਾਰਟ ਫੋਨ ਦੇਵਾਂਗੇ, ਪਰ ਉਹ ਇਹ ਗੱਲ ਨਹੀਂ ਕਹਿੰਦੇ ਵੀ ਸਮਾਰਟ ਫੋਨ ਨੂੰ ਛੱਡੋ, ਤੁਹਾਨੂੰ ਰੁਜ਼ਗਾਰ ਚਾਹੀਦਾ, ਪਹਿਲਾਂ ਅਸੀਂ ਉਹ ਦਿੰਦੇ ਹਾਂ। ਜੇਕਰ ਤੁਹਾਡੀ ਜੇਬ ਦੇ ਵਿੱਚ 4 ਪੈਸੇ ਹੋਣਗੇ, ਤੁਹਾਡਾ ਹੱਥ ਸੌਖਾ ਹੋਊਗਾ, ਜਿਹੜੀ ਮਰਜ਼ੀ ਕੰਪਨੀ ਦਾ ਫੋਨ ਤੁਸੀਂ ਖੁਦ ਲੈ ਲਓਗੇ। ਇਸ ਕਰਕੇ ਅਸੀਂ ਫੋਨਾਂ ਦੇ ਉੱਤੇ ਵਿਕਣਾ ਬੰਦ ਕਰੀਏ, ਲਾਲਚ ਦੇ ਵਿੱਚ ਆਉਣਾ ਬੰਦ ਕਰੀਏ, ਅਸੀਂ ਹੱਕ ਦੇ ਨਾਲ ਇਹ ਗੱਲ ਕਹੀਏ ਕਿ ਸਾਨੂੰ ਸਿਰਫ ਰੁਜ਼ਗਾਰ ਚਾਹੀਦਾ। ਇਹ ਦੇਣ ਜਾਂ ਨਾ ਦੇਣ ਉਹ ਬਾਅਦ ਦੀ ਗੱਲ ਹੈ, ਪਰ ਅਸੀਂ ਆਪਣੇ ਹੱਕਾਂ ਅਤੇ ਫਰਜ਼ਾਂ ਨੂੰ ਨਖੇੜ ਕੇ ਦੇਖਣਾ ਸ਼ੁਰੂ ਕਰੀਏ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।